ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਮੌਜੂਦ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਾਅਦ ਤੇ ਦੱਸਦੇ ਕਿ ਅੱਜ ਹੋਲੇ ਮਹੱਲੇ ਦੇ ਦਿਨ ਖਾਸ ਤੌਰ ਦੇ ਉੱਤੇ ਸੰਗਤਾਂ ਜੋ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਰਹੇ ਨੇ। ਹਾਲਾਂਕਿ ਜੇ ਗੱਲ ਕਰ ਲਈਏ ਤਾਂ ਬੜੇ ਵੱਡੇ ਪੱਧਰ ਦੇ ਉੱਤੇ ਲੱਖਾਂ ਦੀ ਤਾਦਾਦ ਦੇ ਸੰਗਤ ਜਿੱਥੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਨਤਮਸਤਕ ਹੋ ਰਹੀਆਂ ਨੇ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਪਹੁੰਚ ਕੇ ਜੋ ਇੱਥੇ ਗੁਰੂ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਰਹੀਆਂ ਤੁਸੀਂ ਵੇਖ ਸਕਦੇ ਹੋ। ਸਵੇਰ ਤੋਂ ਹੀ ਭਰਮਾ ਇਕੱਠ ਜੋ ਸੰਗਤਾਂ ਦਾ ਇੱਥੇ ਵੇਖਣ ਨੂੰ ਮਿਲ ਰਿਹਾ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਦੀਆਂ ਵੀ ਕਿ ਕਿੰਨੇ ਵੱਡੇ ਪੱਧਰ 'ਤੇ ਸੰਗਤ ਜੋ ਅੱਜ ਇੱਥੇ ਪਹੁੰਚੀ ਹੋਈ ਹੈ। ਤਸਵੀਰਾਂ ਤੁਹਾਡੇ ਨਾਲ ਅੰਦਰ ਦੀਆਂ ਵੀ ਸਾਂਝੀਆਂ ਕੀਤਾ, ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ, ਅੱਜ ਹੋਲੇ ਮਹੱਲੇ ਦੇ ਦਿਨ ਜਿੱਥੇ ਕਿ ਲੱਖਾਂ ਦੀ ਤਦਾਦ ਤੇ ਸੰਗਤ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ, ਉੱਥੇ ਹੀ ਤੁਸੀਂ ਵੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਪਹੁੰਚੇ ਹੋ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਲੱਗ ਰਿਹਾ ਜੀ। ਮੈਂ ਪਹਿਲਾਂ 1 ਸਾਲ ਤੋਂ UK 'ਚ ਰਹਿ ਰਿਹਾ ਸੀ ਅਤੇ ਹੁਣ ਆਪਾਂ ਵਾਪਸੀ 'ਤੇ ਇਹ ਪਵਿੱਤਰ ਤਿਹਾਰੇ 'ਤੇ ਇੱਥੇ ਮੱਥਾ ਟੇਕਣ ਆਏ ਹਾਂ। ਆਪਣੇ ਆਪ ਨੂੰ ਸੁਭਾਗਿਆ ਮਹਿਸੂਸ ਕਰਦੇ ਹਾਂ ਕਿ ਪਰਮਾਤਮਾ ਨੇ ਸਾਨੂੰ ਇਹ ਮੌਕਾ ਦਿੱਤਾ ਇੱਥੇ ਆਣ ਕੇ ਦਰਸ਼ਨ ਕਰਨ ਦਾ। ਕਿਉਂਕਿ ਜੇਕਰ ਗੱਲ ਕਰ ਲਈ ਨੌਜਵਾਨ ਪੀੜ੍ਹੀ ਦੀ ਤਾਂ ਕਾਫੀ ਜ਼ਿਆਦਾ ਜੋ ਆਪਣੀ ਗੁਰਸਿੱਖੀ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ, ਗੁਰਮਰਿਆਦਾ ਤੋਂ ਦੂਰ ਹੋ ਰਹੀਆਂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਜਿੱਦਾਂ ਤੁਸੀਂ ਦੱਸਿਆ ਤੁਸੀਂ UK ਤੋਂ ਵਾਪਸ ਆਏ ਹੋ, ਗੁਰੂ ਸਾਹਿਬ ਜੀ ਦੇ ਦਰਸ਼ਨ ਦਾਰੇ ਅੱਜ ਕਰ ਰਹੇ ਹੋ, ਤਾਂ ਮਨ ਨੂੰ ਸਕੂਨ ਵੀ ਮਿਲ ਰਿਹਾ, ਤਾਂ ਕੀ ਕਹਿਣਾ ਚਾਹੋਗੇ? ਇਹੋ ਹੀ ਹੈ ਜੀ, ਹੁਣ ਤਾਂ ਆਪਾਂ ਅਪੀਲ ਹੀ ਕਰ ਸਕਦੇ ਹਾਂ ਵੀ ਵੱਧ ਤੋਂ ਵੱਧ ਆਪਣੀਆਂ ਜੜ੍ਹਾਂ ਨਾਲ ਜੁੜੀਏ, ਕਿਉਂਕਿ ਜਿੰਨੇ ਆਪਾਂ ਆਪਣੇ ਪੁਰਖਿਆਂ ਨਾਲ ਆਪਣੇ ਵਡਿਆਗਿਆਂ ਨਾਲ ਜੜਾਂਗੇ ਇਹ ਸਾਡੀ ਕੌਮ ਲਈ ਚੰਗੀ ਆ, ਆਪਣੀ ਕਮਿਊਨਿਟੀ ਨੂੰ ਹੋਰ ਉੱਚਾ ਚੁੱਕਣ ਲਈ ਚੰਗੀ ਗੱਲ ਹੈ। ਹਾਂਜੀ।
ਤਾਂ ਜੀ ਬਿਲਕੁਲ, ਜਿਵੇਂ ਤੁਸੀਂ ਵੇਖਿਆ ਕਿ ਸੰਗਤਾਂ ਦਾ ਹੀ ਠਾਠਾ ਮਾਰਦਾ ਇਕੱਠ ਅੱਜ ਪਹੁੰਚਿਆ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ। ਉੱਥੇ ਹੀ ਸੰਗਤਾਂ ਦੇ ਨਾਲ ਵੀ ਗੱਲ ਕੀਤੀ ਹੈ ਤਾਂ ਸੰਗਤਾਂ ਦਾ ਵੀ ਇਹੀ ਕਹਿਣਾ ਕਿ ਅੱਜ ਦੇ ਦਿਨ ਵਾਸਤੇ ਇੱਥੇ ਜ਼ਰੂਰ ਆਉਣਾ ਚਾਹੀਦਾ, ਕਿਉਂਕਿ ਅਕਸਰ ਗੁਰੂ ਘਰ ਆਉਣਾ ਚਾਹੀਦਾ, ਪਰ ਜਦੋਂ ਹੋਲਾ ਮਹੱਲਾ ਹੋਵੇ ਜਾਂ ਕੋਈ ਗੁਰਪੁਰਬ ਹੋਵੇ ਤਾਂ ਜ਼ਰੂਰ ਗੁਰੂ ਘਰ ਆ ਕੇ ਦਰਸ਼ਨ ਦਾਰੇ ਕਰਨੇ ਚਾਹੀਦੇ ਨੇ। ਤਾਂ ਉੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ। ਤਾਂ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਅੱਜ ਖਾਸ ਤੌਰ ਦੇ ਉੱਤੇ ਜੋ ਗੁਰੂ ਘਰ ਪਹੁੰਚੀ ਹੋਈ ਆ, ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਆ ਅੱਜ ਦੇ ਦਿਨ ਦੇ ਉੱਤੇ। ਤੇ ਕੁਛ ਹੋਰ ਵੀ ਬੀਬੀਆਂ ਮੌਜੂਦ ਨੇ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਆਏ ਹੋ ਹੋਲੇ ਮਹੱਲੇ ਦੇ ਦਿਨ ਦੇ ਉੱਤੇ, ਕੀ ਕਹਿਣਾ ਚਾਹੋਗੇ ਗੁਰੂ ਘਰ? ਬਸ ਵਧੀਆ ਜੀ, ਮਸਾਂ ਦਰਸ਼ਨ ਹੋਏ ਨੇ ਅੱਜ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਜੀ। ਲੱਖਾਂ ਦੀ ਤਦਾਦ ਦੇ ਸੰਗਤ ਜੇ ਆਨੰਦਪੁਰ ਸਾਹਿਬ ਵੀ ਜਾ ਰਹੀ ਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਪਹੁੰਚ ਰਹੀ ਆ, ਕਿੰਨਾ ਕੁ ਵਧੀਆ ਲੱਗ ਰਿਹਾ? ਹਾਂ ਜੀ, ਬਹੁਤ ਵਧੀਆ ਲੱਗ ਰਿਹਾ ਜੀ, ਮਸਾਂ ਦਰਸ਼ਨ ਹੋਏ ਨੇ ਗੁਰੂ ਮਹਾਰਾਜ ਦੇ ਜੀ। ਜੀ ਬਿਲਕੁਲ, ਜਿਵੇਂ ਤੁਸੀਂ ਦੇਖਿਆ ਕਿ ਸੰਗਤਾਂ ਦਾ ਇਕੱਠ ਅੱਜ ਇੱਥੇ ਵੱਡੇ ਪੱਧਰ ਦੇ ਉੱਤੇ ਪਹੁੰਚਿਆ ਹੋਇਆ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਦਾਰੇ ਕਰ ਰਹੇ ਨੇ। ਤਾਂ ਇਸੇ ਤਰੀਕੇ ਨਾਲ ਬਣੇ ਰਹੋ ਤੁਹਾਡੇ ਨਾਲ ਇਕੱਲੀ ਇਕੱਲੀ ਅਪਡੇਟ, ਕਿਉਂਕਿ ਜੇ ਗੱਲ ਕਰ ਲਈਏ ਤਾਂ ਅੱਜ 12 ਵਜੇ ਦੇ ਕਰੀਬ ਇੱਕ ਨਗਰ ਕੀਰਤਨ ਵੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਿਕਲ ਹੈਗਾ, ਉਸ ਤੋਂ ਬਾਅਦ ਰਾਤ ਨੂੰ ਸੁੱਖ ਆਸਣ ਵੇਲੇ ਜੋ ਕਹਿ ਸਕਦੇ ਕਿ ਹੋਲਾ ਮਹੱਲਾ ਜੋ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਮਨਾਇਆ ਜਾਣਾ ਹੈਗਾ, ਫੁੱਲਾਂ ਦੇ ਨਾਲ ਫੁੱਲਾਂ ਦੀ ਵਰਖਾ ਜਿਹੜੀ ਹੋਏਗੀ। ਤਾਂ ਇਕੱਲੀ ਇਕੱਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਬਣੇ ਰਹੋ ਜਗਬਾਣੀ ਟੀਵੀ, ਦਰਸ਼ਨ ਟੀਵੀ ਦੇ ਨਾਲ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਣ ਸਿੰਘ, ਜਗਬਾਣੀ ਟੀਵੀ, ਸ੍ਰੀ ਅੰਮ੍ਰਿਤਸਰ ਸਾਹਿਬ।